ਸਾਡੇ ਵਾਸਤੇ ਬੜੇ ਖੁਸ਼ੀ ਦਾ ਅਵਸਰ ਹੈ ਕਿ ਸੈਂਕੜੋਂ ਵਰਸ਼ਾਂ ਬਾਅਦ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਅਯੋਧਿਆ 'ਚ ਵਿਰਾਜਮਾਨ ਹੋਣ ਜਾ ਰਹੇ ਨੇ। ਸਾਰੇ ਦੇਸ਼ ਦੀ ਜਨਤਾ ਹੁਮ ਹੁਮਾ ਕੇ ਪ੍ਰਭੂ ਰਾਮ ਦੇ ਦਰਸ਼ਨਾਂ ਲਈ ਜਾ ਰਹੀ ਹੈ। ਇਹ ਪ੍ਰਭੂ ਰਾਮ ਦੀ ਕਿਰਪਾ ਹੈ ਔਰ ਸਾਡੇ ਵਾਸਤੇ ਹੋਰ ਖੁਸ਼ੀ ਦੀ ਗੱਲ ਇਹ ਹੈ ਉਹ ਲੋਕ ਜਿਹੜੇ ਪ੍ਰਭੂ ਰਾਮ ਦੇ ਅਸਤਿਤਵ 'ਤੇ ਪ੍ਰਸ਼ਨ ਚੱਕਦੇ ਸਨ ਉਹਨਾਂ ਨੂੰ ਇੱਕ ਕਾਲਪਨਿਕ ਰੂਪ ਦੇ 'ਚ ਪੇਸ਼ ਕਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਹਮੇਸ਼ਾ ਅਯੋਧਿਆ 'ਚ ਰਾਮ ਮੰਦਿਰ ਬਣੇ ਉਹਦਾ ਵਿਰੋਧ ਕੀਤਾ। ਅੱਜ ਉਹ ਵੀ ਲੋਕ ਜਿਹੜੇ ਹੈਗੇ ਨੇ ਪ੍ਰਭੂ ਰਾਮ ਦੇ ਦਰਸ਼ਨ ਕਰਵਾਉਣ ਵਾਸਤੇ ਫ੍ਰੀ ਦੀਆਂ ਬੱਸਾਂ ਦੀ ਵਿਵਸਥਾ ਕਰ ਰਹੇ ਨੇ। ਇਹ ਕੇਵਲ ਔਰ ਕੇਵਲ ਪ੍ਰਭੂ ਰਾਮ ਦੀ ਕਿਰਪਾ ਕਿ ਅੱਜ ਸਾਰਾ ਦੇਸ਼ ਅਯੋਧਿਆ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ। ਸਾਡੇ ਵਾਸਤੇ ਬੜੇ ਖੁਸ਼ੀ ਦਾ ਅਵਸਰ ਹੈ ਕਿ ਸੈਂਕੜੋਂ ਵਰਸ਼ਾਂ ਬਾਅਦ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਅਯੋਧਿਆ 'ਚ ਵਿਰਾਜਮਾਨ ਹੋਣ ਜਾ ਰਹੇ ਨੇ। ਸਾਰੇ ਦੇਸ਼ ਦੀ ਜਨਤਾ ਹੁਮ ਹੁਮਾ ਕੇ ਪ੍ਰਭੂ ਰਾਮ ਦੇ ਦਰਸ਼ਨਾਂ ਲਈ ਜਾ ਰਹੀ ਹੈ। ਇਹ ਪ੍ਰਭੂ ਰਾਮ ਦੀ ਕਿਰਪਾ ਹੈ ਔਰ ਸਾਡੇ ਵਾਸਤੇ ਹੋਰ ਖੁਸ਼ੀ ਦੀ ਗੱਲ ਇਹ ਹੈ ਉਹ ਲੋਕ ਜਿਹੜੇ ਪ੍ਰਭੂ ਰਾਮ ਦੇ ਅਸਤਿਤਵ 'ਤੇ ਪ੍ਰਸ਼ਨ ਚੱਕਦੇ ਸਨ ਉਹਨਾਂ ਨੂੰ ਇੱਕ ਕਾਲਪਨਿਕ ਰੂਪ ਦੇ 'ਚ ਪੇਸ਼ ਕਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਹਮੇਸ਼ਾ ਅਯੋਧਿਆ 'ਚ ਰਾਮ ਮੰਦਿਰ ਬਣੇ ਉਹਦਾ ਵਿਰੋਧ ਕੀਤਾ। ਅੱਜ ਉਹ ਵੀ ਲੋਕ ਜਿਹੜੇ ਹੈਗੇ ਨੇ ਪ੍ਰਭੂ ਰਾਮ ਦੇ ਦਰਸ਼ਨ ਕਰਵਾਉਣ ਵਾਸਤੇ ਫ੍ਰੀ ਦੀਆਂ ਬੱਸਾਂ ਦੀ ਵਿਵਸਥਾ ਕਰ ਰਹੇ ਨੇ। ਇਹ ਕੇਵਲ ਔਰ ਕੇਵਲ ਪ੍ਰਭੂ ਰਾਮ ਦੀ ਕਿਰਪਾ ਹੈ ਕਿ ਅੱਜ ਸਾਰਾ ਦੇਸ਼ ਅਯੋਧਿਆ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ। ਜੈ ਸ਼੍ਰੀ ਕ੍ਰਿਸ਼ਨ। ਸਾਡੇ ਵਾਸਤੇ ਬੜੇ ਖੁਸ਼ੀ ਦਾ ਅਵਸਰ ਹੈ ਕਿ ਸੈਂਕੜੋਂ ਵਰਸ਼ਾਂ ਬਾਅਦ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਅਯੋਧਿਆ 'ਚ ਵਿਰਾਜਮਾਨ ਹੋਣ ਜਾ ਰਹੇ ਨੇ। ਸਾਰੇ ਦੇਸ਼ ਦੀ ਜਨਤਾ ਹੁਮ ਹੁਮਾ ਕੇ ਪ੍ਰਭੂ ਰਾਮ ਦੇ ਦਰਸ਼ਨਾਂ ਲਈ ਜਾ ਰਹੀ ਹੈ। ਇਹ ਪ੍ਰਭੂ ਰਾਮ ਦੀ ਕਿਰਪਾ ਹੈ ਔਰ ਸਾਡੇ ਵਾਸਤੇ ਹੋਰ ਖੁਸ਼ੀ ਦੀ ਗੱਲ ਇਹ ਹੈ ਉਹ ਲੋਕ ਜਿਹੜੇ ਪ੍ਰਭੂ ਰਾਮ ਦੇ ਅਸਤਿਤਵ 'ਤੇ ਪ੍ਰਸ਼ਨ ਚੱਕਦੇ ਸਨ ਉਹਨਾਂ ਨੂੰ ਇੱਕ ਕਾਲਪਨਿਕ ਰੂਪ ਦੇ 'ਚ ਪੇਸ਼ ਕਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਹਮੇਸ਼ਾ ਅਯੋਧਿਆ 'ਚ ਰਾਮ ਮੰਦਿਰ ਬਣੇ ਉਹਦਾ ਵਿਰੋਧ ਕੀਤਾ। ਅੱਜ ਉਹ ਵੀ ਲੋਕ ਜਿਹੜੇ ਹੈਗੇ ਨੇ ਪ੍ਰਭੂ ਰਾਮ ਦੇ ਦਰਸ਼ਨ ਕਰਵਾਉਣ ਵਾਸਤੇ ਫ੍ਰੀ ਦੀਆਂ ਬੱਸਾਂ ਦੀ ਵਿਵਸਥਾ ਕਰ ਰਹੇ ਨੇ। ਇਹ ਕੇਵਲ ਔਰ ਕੇਵਲ ਪ੍ਰਭੂ ਰਾਮ ਦੀ ਕਿਰਪਾ ਕਿ ਅੱਜ ਸਾਰਾ ਦੇਸ਼ ਅਯੋਧਿਆ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ। ਸਾਡੇ ਵਾਸਤੇ ਬੜੇ ਖੁਸ਼ੀ ਦਾ ਅਵਸਰ ਹੈ ਕਿ ਸੈਂਕੜੋਂ ਵਰਸ਼ਾਂ ਬਾਅਦ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਅਯੋਧਿਆ 'ਚ ਵਿਰਾਜਮਾਨ ਹੋਣ ਜਾ ਰਹੇ ਨੇ। ਸਾਰੇ ਦੇਸ਼ ਦੀ ਜਨਤਾ ਹੁਮ ਹੁਮਾ ਕੇ ਪ੍ਰਭੂ ਰਾਮ ਦੇ ਦਰਸ਼ਨਾਂ ਲਈ ਜਾ ਰਹੀ ਹੈ। ਇਹ ਪ੍ਰਭੂ ਰਾਮ ਦੀ ਕਿਰਪਾ ਹੈ ਔਰ ਸਾਡੇ ਵਾਸਤੇ ਹੋਰ ਖੁਸ਼ੀ ਦੀ ਗੱਲ ਇਹ ਹੈ ਉਹ ਲੋਕ ਜਿਹੜੇ ਪ੍ਰਭੂ ਰਾਮ ਦੇ ਅਸਤਿਤਵ 'ਤੇ ਪ੍ਰਸ਼ਨ ਚੱਕਦੇ ਸਨ ਉਹਨਾਂ ਨੂੰ ਇੱਕ ਕਾਲਪਨਿਕ ਰੂਪ ਦੇ 'ਚ ਪੇਸ਼ ਕਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਹਮੇਸ਼ਾ ਅਯੋਧਿਆ 'ਚ ਰਾਮ ਮੰਦਿਰ ਬਣੇ ਉਹਦਾ ਵਿਰੋਧ ਕੀਤਾ। ਅੱਜ ਉਹ ਵੀ ਲੋਕ ਜਿਹੜੇ ਹੈਗੇ ਨੇ ਪ੍ਰਭੂ ਰਾਮ ਦੇ ਦਰਸ਼ਨ ਕਰਵਾਉਣ ਵਾਸਤੇ ਫ੍ਰੀ ਦੀਆਂ ਬੱਸਾਂ ਦੀ ਵਿਵਸਥਾ ਕਰ ਰਹੇ ਨੇ। ਇਹ ਕੇਵਲ ਔਰ ਕੇਵਲ ਪ੍ਰਭੂ ਰਾਮ ਦੀ ਕਿਰਪਾ ਕਿ ਅੱਜ ਸਾਰਾ ਦੇਸ਼ ਅਯੋਧਿਆ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ। ਜੈ ਸ਼੍ਰੀ ਕ੍ਰਿਸ਼ਨ। ਸਾਡੇ ਵਾਸਤੇ ਬੜੇ ਖੁਸ਼ੀ ਦਾ ਅਵਸਰ ਹੈ ਕਿ ਸੈਂਕੜੋਂ ਵਰਸ਼ਾਂ ਬਾਅਦ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਅਯੋਧਿਆ 'ਚ ਵਿਰਾਜਮਾਨ ਹੋਣ ਜਾ ਰਹੇ ਨੇ। ਸਾਰੇ ਦੇਸ਼ ਦੀ ਜਨਤਾ ਹੁਮ ਹੁਮਾ ਕੇ ਪ੍ਰਭੂ ਰਾਮ ਦੇ ਦਰਸ਼ਨਾਂ ਲਈ ਜਾ ਰਹੀ ਹੈ। ਇਹ ਪ੍ਰਭੂ ਰਾਮ ਦੀ ਕਿਰਪਾ ਹੈ ਔਰ ਸਾਡੇ ਵਾਸਤੇ ਹੋਰ ਖੁਸ਼ੀ ਦੀ ਗੱਲ ਇਹ ਹੈ ਉਹ ਲੋਕ ਜਿਹੜੇ ਪ੍ਰਭੂ ਰਾਮ ਦੇ ਅਸਤਿਤਵ 'ਤੇ ਪ੍ਰਸ਼ਨ ਚੱਕਦੇ ਸਨ ਉਹਨਾਂ ਨੂੰ ਇੱਕ ਕਾਲਪਨਿਕ ਰੂਪ ਦੇ 'ਚ ਪੇਸ਼ ਕਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਹਮੇਸ਼ਾ ਅਯੋਧਿਆ 'ਚ ਰਾਮ ਮੰਦਿਰ ਬਣੇ ਉਹਦਾ ਵਿਰੋਧ ਕੀਤਾ। ਅੱਜ ਉਹ ਵੀ ਲੋਕ ਜਿਹੜੇ ਹੈਗੇ ਨੇ ਪ੍ਰਭੂ ਰਾਮ ਦੇ ਦਰਸ਼ਨ ਕਰਵਾਉਣ ਵਾਸਤੇ ਫ੍ਰੀ ਦੀਆਂ ਬੱਸਾਂ ਦੀ ਵਿਵਸਥਾ ਕਰ ਰਹੇ ਨੇ। ਇਹ ਕੇਵਲ ਔਰ ਕੇਵਲ ਪ੍ਰਭੂ ਰਾਮ ਦੀ ਕਿਰਪਾ ਕਿ ਅੱਜ ਸਾਰਾ ਦੇਸ਼ ਅਯੋਧਿਆ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ। ਸਾਡੇ ਵਾਸਤੇ ਬੜੇ ਖੁਸ਼ੀ ਦਾ ਅਵਸਰ ਹੈ ਕਿ ਸੈਂਕੜੋਂ ਵਰਸ਼ਾਂ ਬਾਅਦ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਅਯੋਧਿਆ 'ਚ ਵਿਰਾਜਮਾਨ ਹੋਣ ਜਾ ਰਹੇ ਨੇ। ਸਾਰੇ ਦੇਸ਼ ਦੀ ਜਨਤਾ
ਹੁਣ ਹੁਮਾ ਕੇ ਪ੍ਰਭੂ ਰਾਮ ਦੇ ਦਰਸ਼ਨਾਂ ਲਈ ਜਾ ਰਹੀ ਹੈ। ਇਹ ਪ੍ਰਭੂ ਰਾਮ ਦੀ ਕਿਰਪਾ ਹੈ ਔਰ ਸਾਡੇ ਵਾਸਤੇ ਹੋਰ ਖੁਸ਼ੀ ਦੀ ਗੱਲ ਇਹ ਹੈ ਉਹ ਲੋਕ ਜਿਹੜੇ ਪ੍ਰਭੂ ਰਾਮ ਦੇ ਅਸਤਿਤਵ 'ਤੇ ਪ੍ਰਸ਼ਨ ਚੱਕਦੇ ਸਨ ਉਹਨਾਂ ਨੂੰ ਇੱਕ ਕਾਲਪਨਿਕ ਰੂਪ ਦੇ ਵਿੱਚ ਪੇਸ਼ ਕਰਦੇ ਸਨ ਜਿਨ੍ਹਾਂ ਨੇ ਹੁਣ ਤੱਕ ਹਮੇਸ਼ਾ ਅਯੋਧਿਆ 'ਚ ਰਾਮ ਮੰਦਿਰ ਬਣੇ ਉਹਦਾ ਵਿਰੋਧ ਕੀਤਾ। ਅੱਜ ਉਹ ਵੀ ਲੋਕ ਜਿਹੜੇ ਹੈਗੇ ਨੇ ਪ੍ਰਭੂ ਰਾਮ ਦੇ ਦਰਸ਼ਨ ਕਰਵਾਉਣ ਵਾਸਤੇ ਫ੍ਰੀ ਦੀਆਂ ਬੱਸਾਂ ਦੀ ਵਿਵਸਥਾ ਕਰ ਰਹੇ ਨੇ। ਇਹ ਕੇਵਲ ਔਰ ਕੇਵਲ ਪ੍ਰਭੂ ਰਾਮ ਦੀ ਕਿਰਪਾ ਹੈ ਕਿ ਅੱਜ ਸਾਰਾ ਦੇਸ਼ ਅਯੋਧਿਆ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੁੰਦਾ ਹੈ। ਜੈ ਸ਼੍ਰੀ